ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਸੇ ਤਿਆਰੀ ਜੋਰਾਂ ਤੇ ਹੈ ਚਾਹੇ ਸੁਭਾ ਕੋਈ ਵੀ ਹੋਵੇ ਪਰ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਦਲ ਅਕਾਲੀ ਦਲ ਇੱਕ ਵਾਰ ਫਿਰ ਤੋਂ ਆਪਣੀ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਔਰ ਐਸੇ ਹਾਲਾਤਾਂ ਦੇ ਵਿੱਚ ਅਕਾਲੀ ਦਲ ਕਿੱਥੇ ਕ ਸਟੈਂਡ ਕਰਦਾ ਹੈ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹਰਾ ਨੇ ਚੰਦੂਮਾਹਰਾ ਸਾਹਿਬ ਹੁੰਦਾ ਜਮਾਂ ਕੰਮ ਸਿਰੇ ਤੇ ਆਇਆ ਪਿਆ ਪੂਰਾ ਬੱਟੋ ਬੱਟ ਕਿੱਥੇ ਕਿੱਥੇ ਪਹੁੰਚੀ ਫਿਰ ਪੰਜਾਬ ਚੋ ਯਾਤਰਾ ਪੰਜਾਬ ਚੋ ਯਾਤਰਾ ਚ ਮੇਰਾ ਫਿਰ ਤਕਰੀਬਨ ਅੱਧਾ ਪੰਜਾਬ ਕਵਰ ਕਰ ਲਿਆ ਅੱਧ ਤੋਂ ਹੁਣ ਅੱਗੇ ਨੈਕਸਟ ਤੁਰੇ ਪੰਜਾਬ ਚੋ ਯਾਤਰਾ ਦੇ ਵਿੱਚ ਜਿਹੜਾ ਲੋਕਾਂ ਦਾ ਹੁਆਰਾ ਮਿਲ ਰਿਹਾ ਦੁਨੀਆ ਅਸੀਂ ਕਹਿ ਸਕਦੇ ਹਾਂ ਆਸ ਤੋਂ ਵੱਧ ਮਿਲ ਰਿਹਾ ਔਰ ਜੋ ਗੱਲ ਅਸੀਂ ਸਲੋਗਨ ਦਿੱਤਾ ਨਾ ਵੀ ਅਸੀਂ ਪੰਜਾਬ ਦੇ ਸਾਡਾ ਪੰਜਾਬ ਅਸੀਂ ਪੰਜਾਬ ਦੇ ਇਹ ਲੋਕਾਂ ਦੇ ਮਨਾਂ 'ਚ ਘਰ ਘਰ ਰਹੀ ਆ ਹੁਣ ਵੀ ਮੈਂ ਜਿੱਥੋਂ ਆਇਆ ਤੁਸੀਂ ਜਿਹੜਾ ਘੱਟ ਸਾਡਾ ਹੁੰਦਾ ਮੇਰਾ ਖਿਆਲ 40% ਘੱਟੋ ਘੱਟ ਮਤਲਬ ਕਾਂਗਰਸ ਜਾਂ ਆਪ ਪਾਰਟੀ ਦੇ ਲੋਕ ਵਿੱਚ ਹੁੰਦੇ ਆ ਔਰ ਮਹਿਸੂਸ ਕਰ ਅਸੀਂ ਹੁਣ ਜਿਹੜਾ ਆਪਣਾ ਸਲੋਗਨ ਕਹਿ ਲੋ ਆਪਣਾ ਸਪੀਚ ਦਾ ਹਿੱਸਾ ਕਹਿ ਲੋ ਮਤਲਬ ਕਲੈਰਿਟੀ ਆ ਗਈ ਉਹਦੇ ਇੱਕ ਪਾਸੇ ਦਿੱਲੀ ਇੱਕ ਪਾਸੇ ਪੰਜਾਬ ਇਤਿਹਾਸ ਆ ਵੀ ਜਦੋਂ ਵੀ ਦਿੱਲੀ ਤੇ ਪੰਜਾਬ ਦੀ ਟੱਕਰ ਹੋਈ ਆ ਤਾਂ ਫਿਰ ਪੰਜਾਬ ਦੇ ਲੋਕ ਅਣਖ ਤੇ ਗੈਰਤ ਨਾਲ ਲੜਿਆ ਨਹੀਂ ਲੱਗਦਾ ਕਿ ਹੁਣ ਹਾਲਾਤ ਅੱਗੇ ਵਾਲੇ ਨਹੀਂ ਰਹੇ ਅੱਗੇ ਏਜੰਡੇ ਕੁਝ ਹੋਰ ਹੁੰਦੇ ਸੀ ਲੋਕ ਕਿਸੇ ਹੋਰ ਏਜੰਡੇ ਤੇ ਵੋਟ ਕਰਦੇ ਸੀ ਔਰ ਸ਼ਾਇਦ ਉਹ ਪੋਲੀਟੀਕਲ ਪਾਰਟੀਆਂ ਵੀ ਪਹਿਲਾਂ ਵਾਂਗ ਨਹੀਂ ਰਹੀਆਂ ਲੀਡਰ ਵੀ ਪਹਿਲਾਂ ਵਰਗੇ ਨਹੀਂ ਰਹੇ ਮੈਂ ਇਹ ਤੇ ਦੇਖਿਆ ਵੀ ਲੋਕਾਂ ਨੂੰ ਲੀਡ ਕਰਨ ਵਾਸਤੇ ਲੋਕਾਂ ਨੂੰ ਵਾਅਦੇ ਦੇਣ ਵਾਸਤੇ ਜਿਸ ਤਰੀਕੇ ਨਾਲ ਤੁਸੀਂ ਆਪਣੀ ਬੋਲੀ ਬਦਲੋਗੇ ਆਪਣਾ ਜਜ਼ਬਾਤ ਦਸੋਗੇ ਲੋਕ ਮਤਲਬ ਉਸ ਪਾਸੇ ਨੂੰ ਤੁਰ ਸਕਦੇ ਨੇ ਜੇ ਕੋ ਤੋੜਨ ਵਾਲਾ ਹੋਵੇ ਸਹੀ ਮੈਨਾ ਵਿੱਚ ਅੱਜ ਤੱਕ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਨੂੰ ਪਰਬਲੇ ਨਹੀਂ ਕਰ ਸਕੇ ਅਸੀਂ ਵੀ ਉਹਦੇ 'ਚ ਹਮਲਾ ਮਤਲਬ ਉਸ ਹਸਾਬ ਨਾਲ ਜੋਰ ਨਾਲ ਜਿਵੇਂ ਆਪਾਂ ਕਹੀਏ ਨਾ ਵੀ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਪਰਬਲ ਕਰਨੀ ਉਹ ਗੱਲ ਉਸ ਪਾਸੇ ਨੂੰ ਤੋੜ ਨਾ ਸਕੀ ਉਹਦਾ ਕਾਰਨ ਰਿਹਾ ਕਨਫਿਊਜ਼ਨ ਵੀ ਰਿਹਾ ਕਈ ਜਗ੍ਹਾ ਤੇ ਤੇ ਇਹ ਜਿਹੜਾ ਮੈਂ ਮਤਲਬ ਮਿਲਗੋਬਾ ਕਹਿ ਲਓ ਮਤਲਬ ਰਲੇਮਾ ਕਹਿ ਲਓ ਨੈਸ਼ਨਲ ਪਾਰਟੀਆਂ ਨਾਲ ਉਹਦਾ ਵੀ ਇੱਕ ਅਸਰ ਰਿਹਾ ਵੀ ਅਸੀਂ ਖੇਤਰੀ ਬਾਦੀ ਰੀਜਨਲਿਜ਼ਮ ਦੀ ਗੱਲ ਜਿਹੜੀ ਆ ਜਿੰਨੀ ਤੁਸੀਂ ਇਕੱਲੇ ਜੋਰ ਨਾ ਕਰ ਸਕਦੇ ਹੋ ਇਕੱਠੇ ਹੋ ਕੇ ਨਹੀਂ ਕਰ ਸਕਦੇ ਉਹ ਕਨਫਿਊਜ਼ਨ ਕਿਤੇ ਨੇ ਕਿ ਦੂਰ ਕਰਨ ਚ ਕਮਜਾਬ ਹੋਇਆ ਲੱਗਦੇ ਹਾਂ ਬੜਾ ਜਿਆਦਾ ਲੱਗ ਰਹੇ ਆ ਔਰ ਬਾਤ ਰਹੀ ਹੈ ਇਹ ਗੱਲ ਮੈਂ ਜਿਸ ਦਿਨ ਤੁਸੀਂ ਦੇਖੋ ਜਿਸ ਦਿਨ ਕਨਫਿਊਜ਼ਨ ਖਤਮ ਹੋ ਗਿਆ ਮਰ ਗੱਲ ਹੀ ਹੋਰ ਹੋ ਸਕਦੀ ਆ ਇਹ ਨਹੀਂ ਲੋਕਾਂ ਨੂੰ ਕਮੈਂਟਸ ਕਰ ਪਾ ਰਹੇ ਲੱਗਦਾ ਮੈਨੂੰ ਲੋਕਾਂ ਦੇ ਵਿੱਚ ਇਹ ਗੱਲ ਸਾਡੇ ਤੋਂ ਵੀ ਵੱਧ ਲੋਕਾਂ ਦੇ ਮਨਾਂ 'ਚ ਸਾਡੇ ਤੋਂ ਪਹਿਲਾਂ ਪਰ ਲੋਕ ਇਸ ਗੱਲ ਤੋਂ ਦੁਖੀ ਸੀ ਵੀ ਉਹਨਾਂ ਦੀ ਭਾਵਨਾ ਨੂੰ ਕੋਈ ਲੀਡ ਨਹੀਂ ਕਰ ਰਿਹਾ ਹੁਣ ਲੋਕਾਂ ਦੀ ਸੈਟੀਸਫੈਕਸ਼ਨ ਹੁੰਦੀ ਲੱਗ ਰਹੀ ਆ ਵੀ ਉਹਨਾਂ ਦੀ ਭਾਵਨਾ ਨੂੰ ਦੀ ਅਗਵਾਈ ਕਰਨ ਵਾਲੇ ਹੁਣ ਰਾਹ ਤੇ ਆ ਗਏ ਮਤਲਬ ਇਹ ਗੱਲ ਤੁਸੀਂ ਕਿਸੇ ਕੱਠ ਜੇ ਜਾ ਕੇ ਸਾਡੇ ਪਤਾ ਕਰ ਲਿਓ ਮਤਲਬ ਮੂੰਹੋਂ ਬੋਲਦੇ ਆ ਲੋਕ ਵੀ ਹੁਣ ਠੀਕ ਆ ਜੀ ਹੁਣ ਰਾਹ ਤੇ ਆਇਆ ਜੀ ਹੁਣ ਗੱਲ ਬਦੂਗੀ ਜੀ ਹੁਣ ਠੀਕ ਹੋਊਗੀ ਜੀ ਬਲ ਆਮ ਜਣੀ ਹਰ ਜਿਹੜਾ ਇਕੱਠੇ ਬੰਦਾ ਹੁੰਦਾ ਉਹਦੇ ਮੂੰਹ ਤੋਂ ਨਿਕਲਦੀ ਆ ਪਰ ਲੋਕਾਂ ਨੂੰ ਕੁਝ ਵੇਸ ਕਰਨ ਤੋਂ ਪਹਿਲਾਂ ਕਿਤੇ ਨਾ ਕਿਤੇ ਜੀ ਪਾਰਟੀ ਨੂੰ ਜਥੇਬੰਦ ਕਰਨਾ ਪਾਰਟੀ ਦੀ ਲੀਡਰਸ਼ਿਪ ਹਜੇ ਤਾਂ ਇਦਾਂ ਦੀਆਂ ਖਬਰਾਂ ਆ ਰਹੀਆਂ ਕਿ ਤੁਹਾਡੇ ਆਪਣੇ ਆਗੂਆਂ ਨੂੰ ਲੈ ਕੇ ਬੜੀਆਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਪਹਿਲਾਂ ਵੀ ਜਿੱਦਾਂ ਕਹਿੰਦੇ ਵੀ ਕਲਕਤੀ ਬੋਰੀ ਥੱਲੇ ਪਾਰਟੀ ਦੀ ਉੱਤੋਂ ਪਾਈ ਗਈ ਥੱਲੇ ਨਿਕਲੀ ਗਈ ਉਹ ਹਾਲਾਤ ਪਹਿਲਾਂ ਵੀ ਦੇਖੇ ਨਹੀਂ ਨਹੀਂ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਅਜੇ ਵੀ ਜਿਸ ਪਾਸੇ ਲੋਕ ਚਲੇ ਗਏ ਅਜੇ ਵੀ ਅਸੀਂ ਪਿੱਛੇ ਹਾਂ ਉਸ ਗੱਲ ਤੋਂ ਲੋਕ ਸਾਡੇ ਤੋਂ ਅੱਗੇ ਆ ਮੈਂ ਤੁਹਾਨੂੰ ਸ਼ੁਰੂ ਚ ਵੀ ਗੱਲ ਕਹੀ ਆ ਸਾਡੀ ਲੀਡਰਸ਼ਿਪ ਚ ਕਿਤੇ ਨਾ ਕਿਤੇ ਅਜੇ ਵੀ ਮਤਰਾਏ ਉਹ ਉਸ ਅਸਰ ਦਾ ਲੱਗਦਾ ਵੀ ਸ਼ਾਇਦ ਲੋਕਾਂ ਨੂੰ ਪੰਜਾਬ ਤੇ ਪੰਜਾਬੀ ਦੀ ਇੰਨੀ ਭਾਵਨਾ ਅੰਦਰ ਹੈ ਨਹੀਂ ਜਿਵੇਂ ਹੁਣ ਤੁਸੀਂ ਵੀ ਸ਼ੁਰੂ ਚ ਕੀਤੀ ਸੀ ਵੀ ਕੀ ਲੋਕਾਂ ਵਿੱਚ ਹੈ ਹੁਣ ਦਮ ਇਨਾ ਜਾਂ ਲੋਕਾਂ ਵਿੱਚ ਇਹ ਭਾਵਨਾ ਪਰਵਰ ਹੈ ਜਾਂ ਇਸ ਭਾਵਨਾ ਨੂੰ ਤੁਸੀਂ ਮਤਲਬ ਕੈਰੀ ਕਰ ਲਓਗੇ ਅ ਅਜੇ ਵੀ ਕਈ ਵਾਰੀ ਸ਼ੱਕ ਲੱਗਦੀ ਆ ਪਰ ਅਸਲੀਅਤ ਇਹ ਆ ਵੀ ਜਿਹੜੇ ਅਸੀਂ ਗਰਾਊਂਡ ਲੈਵਲ ਤੇ ਜਾਣਦੇ ਆ ਫੀਲਡ 'ਚ ਜਾਣਦੇ ਆ ਲੋਕਾਂ ਦੇ ਜਾਣਦੇ ਆ ਉਹ ਵਾਕਈ ਮਤਲਬ ਲੋਕ ਇਸ ਪਾਸੇ ਨੂੰ ਤੁਰੇ ਹੋਏ ਨੇ ਵੀ ਪੰਜਾਬ ਤੇ ਪੰਜਾਬੀ ਤੈਨੂੰ ਬੁਝਾਉਣਾ ਜਦੋਂ ਅਸੀਂ ਗੱਲ ਕਹਿੰਦੇ ਆ ਵੀ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ ਵਾਰੈਸ਼ਾ ਨੂੰ ਯਾਦ ਕਰਦੇ ਆ ਤਾਂ ਲੋਕਾਂ ਦੇ ਰੌਂਗਟੇ ਖੜੇ ਹੁੰਦੇ ਆ ਵੀ ਹੁਣ ਹੁਣ ਗੱਲ ਬਣੂਗੀ ਕਿਉਂਕਿ ਅਜਿਹਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹੋਇਆ ਨਾ ਇਨੇ ਨਾ ਜੋ ਮਰਦੀ ਦੇਖੋ ਅਸੀਂ ਕਹਿੰਦੇ ਆ ਵੀ ਉਸ ਪਾਸੇ ਨਹੀਂ ਸੀ ਜਾਂਦੇ ਇਹ ਯੂਨੀਅਨਾਂ ਦੀ ਜਿਹੜੀ ਆਪਸੀ ਫੋਟਾ ਜੀ ਦੂਜੀ ਤੀਜੀ ਉਹਨਾਂ ਦੇ ਕੀ ਆ ਪਰ ਇੱਕ ਗੱਲ ਜ਼ਰੂਰ ਆ ਗਈ ਪੰਜਾਬ ਦੇ ਲੋਕਾਂ ਦੇ ਵੀ ਯਾਰ ਸਾਰਾ ਸਾਡਾ ਦੇਸ਼ ਹੋਵੇ ਅਸੀਂ ਆਪਣੇ ਦੇਸ਼ 'ਚ ਮਰ ਅੱਗੇ ਨਹੀਂ ਵੱਸ ਸਕਦੇ ਡਿੰਗ ਨਹੀਂ ਪੜ ਸਕਦੇ ਤੇ ਫਿਰ ਰੋਕ ਲਓ ਤੁਸੀਂ ਤੇ ਮਤਲਬ ਜਮਹੂਰੀ ਤੇ ਸਰਕਾਰਾਂ ਰੋਕ ਲੰਨੀ ਆ ਚਲੋ ਪਰ ਕੋਈ ਤਰੀਕਾ ਹੁੰਦਾ ਤੁਸੀਂ ਕਈ ਸਾਡੇ ਖੇਤਾਂ 'ਚ ਖੜੀਆਂ ਟਰਾਲੀਆਂ ਤੇ ਬੰਦੇ ਦੀਆਂ ਅੱਖਾਂ ਕੱਢਦੀਆਂ ਪਰਛਾਦਾ ਛਕਦਿਆਂ ਦੀਆਂ ਬਾਹਾਂ ਤੋੜਦੀਆਂ ਟਰਾਲੀਆਂ ਤੋੜਦੀਆਂ ਕਾਰਾਂ ਤੋੜਦੀਆਂ ਬੰਦੇ ਮਾਰਤੇ ਤੇ ਸਾਡਾ ਮੁੱਖ ਮੰਤਰੀ ਸਾਹਿਬ ਬਿਲਕੁਲ ਬੋਲਿਆ ਹੀ ਨਹੀਂ ਮਰ ਉਹਨੇ ਆਏ ਲੱਗਿਆ ਵੀ ਦਿੱਲੀ ਦਾ ਉਹ ਸਹਿਮ ਗਿਆ ਡਰ ਗਿਆ ਜਾਂ ਕਿਤੇ ਲਾਲਚ ਚ ਆ ਗਿਆ ਜਾਂ ਅੰਦਰ ਖਾਤੇ ਸਮਝੌਤਾ ਕਰ ਗਿਆ ਜਿਸ ਤਰ੍ਹਾਂ ਪਹਿਲਾਂ ਗੱਲ ਕੀਤਾ ਕਿ ਜੰਗ ਇਹਨ ਦਾ ਪੰਜਾਬ ਦਾ ਹੋਣ ਲੱਗਾ ਤੇ ਫਿਰ ਤਾਂ ਸਾਰਾ ਪੰਜਾਬ ਇੱਕ ਪਾਸੇ ਦੇਖਣਾ ਚਾਹੀਦਾ ਸੀ ਫਿਰ ਜੇ ਪੰਜਾਬ ਇੱਕ ਪਾਸੇ ਦੇਖਣਾ ਚਾਹੀਦਾ ਸੀ ਤਾਂ ਫੇਰ ਮਲੂਕਾ ਸਾਹਿਬ ਵਰਗੀਆਂ ਖਬਰਾਂ ਕਿਉਂ ਚਰਚਾ ਦੇ ਵਿੱਚ ਆ ਗਈਆਂ ਦੇਖੋ ਜਿੱਥੇ ਤੱਕ ਤੁਸੀਂ ਕਹਿੰਦੇ ਸਾਰਾ ਪੰਜਾਬ ਇਹ ਸਾਰਾ ਪੰਜਾਬ ਤਾਂ ਉਦੋਂ ਅੰਗਰੇਜ਼ਾਂ ਵੇਲੇ ਵੀ ਨਹੀਂ ਸੀ ਹੋਇਆ ਜਦੋਂ ਮਹਾਰਾਣੀ ਜੀਂਦਾ ਨੇ ਸ਼ਾਮ ਸਿੰਘ ਟਾਰੀਵਾਲੇ ਨੂੰ ਬਜ਼ੁਰਗ ਅਵਸਥਾ 'ਚ ਮੈਦਾਨੇ ਜੰਗ ਵੀ ਜਾਣ ਲਈ ਪੁਕਾਰ ਕੀਤੀ ਉਹ ਬਜ਼ੁਰਗ ਅਵਸਥਾ 'ਚ ਮੜਾ ਸਾਹ ਬਣ ਕੇ ਮੈਦਾਨ 'ਚ ਆਇਆ ਉਦੋਂ ਵੀ ਸਚਾਈ ਇਹ ਹੈ ਇਤਿਹਾਸਕਾਰ ਲਿਖਦੇ ਆਂ ਵੀ ਅੰਗਰੇਜ਼ ਤਾਂ ਭੱਜ ਗਿਆ ਸੀ ਡੋਗਰਾਂ ਨੂੰ ਜਾ ਕੇ ਕਹਿਤਾ ਵੀ ਤੁਸੀਂ ਭੱਜੇ ਜਾਂਦੇ ਹੋ ਉਹਨਾਂ ਦੇ ਸਰਦਾਰ ਤਾਂ ਮਾਰਤਾ ਦੋ ਕਿਲੋਮੀਟਰ ਵਾਪਸ ਮੁੜੇ ਮੇਰਾ ਭਾਵ ਅਰਥ ਇਹ ਆ ਵੀ ਜਿਹੜੇ ਕੋਈ ਨਾ ਕੋਈ ਦਿੱਲੀ ਦੇ ਝੋਲੀ ਚੁੱਕਰੇ ਨਾ ਭਾਵੇਂ ਆਪ ਪਾਰਟੀ ਆ ਭਾਵੇਂ ਕਾਂਗਰਸ ਪਾਰਟੀ ਆ ਇਹ ਕਿਤੇ ਨਾ ਕਿਤੇ ਨਾ ਪੰਜਾਬ ਦੇ ਹੋਲ ਹਾਰਟ ਲਈ ਪੰਜਾਬ ਦੀ ਗੱਲ ਆਉਂਦੀ ਆ ਜਦੋਂ ਇਹ ਖੜਦੇ ਨਹੀਂ ਇਹਨਾਂ ਦੀ ਮਤਲਬ ਤਾਰ ਜਿਹੜੀ ਦਿੱਲੀ ਕੋਲ ਹੁੰਦੀ ਆ ਗਰਮ ਔਟ ਤੇ ਫੇਰ ਕਿਤੇ ਨਾ ਕਿਤੇ ਇਹ ਪੰਜਾਬ ਵਿਰੁੱਧ ਫੈਸਲਾ ਉਸ ਝੇਪ ਚ ਕਹਿ ਲੋ ਦਵਾਜ ਕਹਿ ਲੋ ਇਹ ਜਿਹੜੀਆਂ ਰਾਸ਼ਟਰੀ ਪਾਰਟੀਆਂ ਦੇ ਆਗੂ ਲਏ ਬੈਨੇ ਆ ਉਹਦੇ ਨਾਲ ਸੂਬੇ ਦਾ ਨੁਕਸਾਨ ਹੁੰਦਾ ਹੁਣ ਤੁਸੀਂ ਕਹਿੰਦੇ ਸੋਚਿਆ ਹੁਣ ਪਾਣੀ ਦੀ ਗੱਲ ਸੀ ਜੇ ਪੰਜ ਦਰਿਆਵਾਂ ਦੇ ਪਾਣੀ ਦੀ ਕਾਣੀ ਵੰਡ ਕੀਤੀ ਸੀ ਗੈਰ ਵਿਧਾਨਕ ਵੰਡ ਕੀਤੀ ਸੀ ਸ਼੍ਰੀ ਮਤੀ ਇੰਦਰਾ ਗਾਂਧੀ ਨੇ ਤਾਂ ਪੰਜਾਬ ਦਾ ਕੋਈ ਕਾਂਗਰਸੀ ਲੀਡਰ ਨਹੀਂ ਬੋਲਿਆ ਆ ਹੁਣ ਤੁਸੀਂ ਦੇਖ ਲਓ ਆਰਡੀਐਫ ਬੰਦ ਹੋਈ ਆ ਤੇ ਕੇਜਰੀਵਾਲ ਤੋਂ ਡਰਦਾ ਭੂਤਵਾਨ ਨਹੀਂ ਬੋਲਿਆ ਮਤਲਬ ਇਹ ਕਿਤੇ ਨਾ ਕਿਤੇ ਦਿੱਲੀ ਦੀ ਛੇਪ ਚ ਰਾਸ਼ਟਰੀ ਪਾਰਟੀਆਂ ਜਿਹੜੀਆਂ ਹੁੰਦੀਆਂ ਇਹ ਰੀਜਨਲ ਸੂਬਿਆਂ ਦੇ ਆਗੂ ਨੂੰ ਦੂਰ ਰੱਖਦੀਆਂ ਨੇ ਤੇ ਇਹੀ ਕਹ ਲੋਕ ਤਾਂ ਹੀ ਰਕੈ ਨੇ ਵੀ ਖੇਤਰੀ ਪਾਰਟੀ ਆ ਜਿਹੜੀ ਸੂਬੇ ਲਈ ਲਾਭ ਕਰ ਰਹੀ ਆ ਤਾਂ ਹੀ ਲੋਕ ਹੁਣ ਖੇਤਰੀ ਪਾਰਟੀ ਖੇਤਰੀ ਪਾਰਟੀ ਆਣ ਲੱਗੇ ਜਦੋਂ ਮਹਾਰਾਜ ਸਾਹਿਬ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਫਿਰ ਜੇ ਖੇਤਰੀ ਪਾਰਟੀ ਤੁਹਾਨੂੰ ਲੱਗਦਾ ਲੋਕਾਂ ਨੂੰ ਲੱਗਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਮਲੂਕਾ ਸਾਹਿਬ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਖਬਰ ਆਈ ਉਹਨਾਂ ਦੀ ਨੌ ਨੂੰ ਲੈ ਕੇ ਬੜੀ ਚਰਚਾ ਛਿੜੀ ਕਿ ਉਹ ਭਈ ਕੇਂਦਰ ਵਾਲੇ ਪਾਲੇ ਚ ਜਾ ਸਕਦੇ ਆ ਫਿਰ ਇਸ ਤਰ੍ਹਾਂ ਦੀਆਂ ਖਬਰਾਂ ਕਿਉਂ ਆਈਆਂ ਉਹ ਤਾਂ ਕਿਾਸ ਰਹੀਆਂ ਖਵਾਰਾ মিডিਆ ਬਾਰੇ ਬੈਸੇ ਬਣਾ ਲਿਆ ਹੁਣ ਜੇ ਕੋਈ ਕਿੰਨੀ ਦੁਨੀਆ ਵੀਆਰਐਸ ਲੈਂਦੀ ਆ ਕਿੰਨੀ ਦੁਨੀਆ ਅਸਤੀਫੇ ਦਿੰਦੀ ਆ ਮਲੂਕਾ ਸਾਹਿਬ ਆਪਣੀ ਸਾਡੀ ਪਾਰਟੀ ਦੀਆਂ ਰੈਡੀਆਂ ਜਾ ਰਹੇ ਨੇ ਪੰਜਾਬ ਚਾਹੋ ਯਾਤਰਾ ਦੇ ਵਿੱਚ ਅੱਗੇ ਹੋ ਕੇ ਕੰਮ ਕਰ ਰਹੇ ਨੇ ਸਾਡੀਆਂ ਮੀਟਿੰਗਾਂ ਚਾਹ ਰਹੇ ਨੇ ਕੋਈ ਐਸੀ ਗੱਲ ਨਹੀਂ ਹੈ ਵੀ ਕੋਈ ਪਾਰਾ ਬਦਲਣ ਵਾਲੀ ਗੱਲ ਮੈਂ ਨਹੀਂ ਸਮਝਦਾ ਮਲੂਕਾ ਸਾਹਿਬ ਨੂੰ ਲੈ ਕੇ ਪਹਿਲਾਂ ਵੀ ਚਰਚਾਾਂ ਬੜੀਆਂ ਚੱਲੀਆਂ ਸੀ ਦੇਖੋ ਮੈਂ ਸਮਝਦਾ ਕਿ ਜਦੋਂ ਭਾਜਪਾ ਨਾਲ ਗੱਠ ਜੋੜ ਦੀ ਗੱਲ ਚੱਲ ਰਹੀ ਸੀ ਉਦੋਂ ਸਾਡੀ ਪਾਰਟੀ 'ਚ ਅੰਦਰ ਡਰਾਮਾ ਸੀ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਜੇ ਅੰਦਰ ਰਾਏ ਕਿਸੇ ਦੀ ਹੋਵੇ ਵੀ ਉਹ ਕਿਸੇ ਦੂਜੀ ਪਾਰਟੀ ਦੇ ਨਾਲ ਰਲ ਲਗਿਆ ਆਪਣੀ ਆਪਣੀ ਰਾਏ ਹਰ ਪਾਰਟੀ ਦਾ ਲੀਡਰ ਆਪਣੇ ਤਰੀਕੇ ਨਾਲ ਦਿੰਦਾ ਉਹ ਇਹ ਸੋਚ ਕੇ ਦਿੰਦਾ ਵੀ ਆਹ ਗੱਲ ਫਾਇਦੇ 'ਚ ਹੋ ਸਕਦੀ ਹੈ ਤੁਹਾਡੀ ਗੱਲ ਵੀ ਠੀਕਾ ਸਾਹਿਬ ਨੂੰ ਹਾਂ ਜੀ ਤੁਹਾਡੀ ਗੱਲ ਹੋਈ ਨਹੀਂ ਮੇਰੀ ਇਹ ਨਾ ਦਿਨਾਂ ਜਿਤਨੀ ਹੋਈ ਸੱਚੀ ਗੱਲ ਆ ਲਾਸਟ ਕਦੋਂ ਹੋਈ ਸੀ ਲਾਸਟ 4-5 ਦਿਨ ਪਹਿਲਾਂ ਹੋਈ ਹੈ 4 ਕੁ ਦਿਨ ਪਹਿਲਾਂ ਹੋਈ ਹੈ ਸਭ ਬੱਚਾ ਸੀ ਹਾਂ ਇੱਥੇ ਹਾਂ ਬਿਲਕੁਲ ਅੱਛਾ ਸੀ ਸਾਡੀ ਮੀਟਿੰਗ 'ਚ ਵੀ ਆਇਆ ਮਲੂਕਾ ਸਾਹਿਬ ਗੱਲ ਹੋਈ ਆ ਤੇ ਅਸੀਂ ਆਪਣੀ ਗੱਲ ਜ਼ੋਰਦਾਰ ਰੱਖਦੇ ਵੀ ਰਹੇ ਹਾਂ ਪਾਰਟੀ ਦੇ ਫੋਰਮ ਤੇ ਤੇ ਉਹਦੇ ਸਾਡੀ ਕੇਰ ਹੈ ਹੁੰਦੀ ਸੀ ਤਕਰੀਬਨ ਤੇ ਜ਼ੋਰ ਨਾਲ ਕਿਉਂਕਿ ਜਦੋਂ ਕੋਈ ਬੰਦਾ ਪਾਰਟੀ 'ਚ رائے ਰੱਖਦਾ ਇਹ ਸੋਚ ਕੇ ਰੱਖਦਾ ਵੀ ਪਾਰਟੀ ਦਾ ਫਾਇਦਾ ਪਾਰਟੀ ਇਹਦਾ ਇਸ ਰਾਏ ਦੀ ਪੂਰਤੀ ਪਾਰਟੀ ਮਜ਼ਬੂਤ ਹੋ ਜਾਂਦੀ ਹੈ ਇਹ ਵਖਰੀ ਗੱਲ ਆ ਕਈ ਵਾਰੀ ਬਹੁ ਗਿਣਤੀ ਦੂਜੇ ਪਾਸੇ ਹੋ ਜੇ ਜਾਂ ਕੰਸੈਂਸਸ ਹੋਰ ਬਣ ਜੇ ਤਾਂ ਫਿਰ ਜ਼ਰੂਰੀ ਨਹੀਂ ਹੁੰਦੀ ਵੀ ਤੁਹਾਡੀ ਹਰ ਰਾਏ ਮੰਨੀ ਜਾਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਨਹੀਂ ਹੈ ਉਹਨਾਂ ਦੇ ਹੁੰਦਿਆ ਮੈਨੂੰ ਲੱਗਦਾ ਵੀ ਜਦ ਤੱਕ ਇਹ ਕਹਿੰਦੇ ਨੇ ਵੀ ਪਲਾਂ ਦੀ ਬਜ਼ੁਰਗ ਕਮਰੇਜੀ ਬੈਠਾ ਹੋਵੇ ਤਾਂ ਦਾ ਵੀ ਕੋਈ ਗੱਲ ਨਹੀਂ ਵੱਡਾ ਬੈਠਾ ਹੈ ਹੈਨਾ ਉਹ ਤਾਂ ਆਖਰੀ ਟਾਈਮ ਤੱਕ ਇੰਨੇ ਐਕਟਿਵ ਸੀ ਤੇ ਜਿਸ ਤਰ੍ਹਾਂ ਪਾਪਾ ਬੋਰਡਰ ਨੂੰ ਬੰਨਿਆ ਗਿਆ ਉਹਨਾਂ ਤੋਂ ਬਿਨਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੁਣ ਚੋਣ ਲੜੀ ਜਾ ਰਹੀ ਹੈ ਕਿਵੇਂ ਲੱਗਦਾ ਹੈ ਪ੍ਰਕਾਸ਼ ਸਿੰਘ ਬਾਦਲ ਖਰਾਂ ਵਾਲੀ ਕਮੀ ਜਾਂ ਉਹਨਾਂ ਵਾਲੀ ਕਮਾਂਡ ਸੰਭਾਲ ਸਕਣਗੇ ਸੁਖਬੀਰ ਸਿੰਘ ਬਾਦਲ ਨਹੀਂ ਸਚਾਈ ਤਾਂ ਇਹ ਹੈ ਤੁਹਾਨੂੰ ਵੀ ਪਤਾ ਵੀ ਪਿਛਲੀਆਂ ਕਈ ਚੋਣਾਂ ਸਾਹ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਨਾਲ ਹੀ ਲੜੀਆਂ ਗਈਆਂ ਮera 3-4 ਚੋਣਾਂ ਨਹੀਂ ਕਈ ਵਾਰੀ ਨਤੀਜੇ ਚੰਗੇ ਵੀ ਆਏ ਆ ਜਦੋਂ ਪਹਿਲਾਂ ਸਰਕਾਰ ਰਿਪੀਟ ਹੋਈ ਜਦੋਂ ਸਰਕਾਰ ਰਿਪੀਟ ਹੋਈ ਆ ਉਦੋਂ ਦੁਨੀਆ ਕਹਿੰਦੀ ਸੀ ਵੀ ਸਾਖੂਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਬਹੁਤ ਵਧੀਆ ਜੀ ਵਿਰੋਧੀ ਵੀ ਕਹਿੰਦੇ ਸੀ ਤੇ ਕਈ ਵਾਰੀ ਮਤਲਬ ਜੇ ਹਾਰ ਜੇ ਫਿਰ ਕਹਿੰਦੇ ਆ ਵੀ ਮੈਨੇਜਮੈਂਟ ਮਾੜੀ ਆ ਜੀ ਤੇ ਇਹ ਤਾਂ ਮਤਲਬ ਰਿਜ਼ਲਟ ਦੇਖ ਕੇ ਲੋਕ ਇਕਦਮ ਬੋਲੀ ਬਦਲ ਰਹੇ ਆ ਪਰ ਅਸਲੀਅਤ ਇਹ ਆ ਵੀ ਸਾਖੂਬੀਰ ਸਿੰਘ ਬਾਦਲ ਦੀ ਗਵਾਈ ਦੇ ਵਿੱਚ ਮੇਰਾ ਖਿਆਲ ਆ ਦੋ ਤਿੰਨ ਚੋਣਾ ਲੜ ਚੁੱਕੀ ਆ ਪਾਰਟੀ ਕੋਈ ਇਹ ਪਹਿਲੀ ਪਹੁੰਚੋਣ ਨਹੀਂ ਹੈ ਮੇ ਸਾ ਸੁਵੀਸ ਨੂੰ ਬਾਦਲ ਦੀ ਗਵਾਈ ਚ ਪਹਿਲੀ ਚੋਣ ਆ ਜਿਹੜੀ ਉਹਨਾਂ ਦੀ ਗਵਾਈ ਚ ਲੜੀ ਜਾ ਰਹੀ ਹੈ ਪਰ ਬਾਅਦ ਚ ਐਸਾ ਕੀ ਹੋ ਗਿਆ ਕਿ ਜਦੋਂ ਲੀਡਰਾਂ ਨੇ ਤਸੱਲੀ ਤਾਂ ਉਹ ਕਰਵਾ ਚੁੱਕੇ ਸੀ ਭਾਈ ਰਿਪੀਟ ਕਰਵਾਈ ਉਸ ਤੋਂ ਬਾਅਦ ਤੁਹਾਡੇ ਹੀ ਆਗੂਆਂ ਨੇ ਕਿਤੇ ਨਾ ਕਿਤੇ ਵੱਡੇ ਸਵਾਲ ਚੱਕੇ ਤੁਹਾਡੇ ਅਨੇਕਾਂ ਆਗੂ ਸੱਜ ਖੱਬੇ ਹੁੰਦੇ ਦੇ ਕਿ ਨਹੀਂ ਉਹ ਤਾਂ ਬਾਅਦ ਦੀਆਂ ਰਿਜ਼ਲਟਾਂ ਤੋਂ ਬਾਅਦ ਦੀਆਂ ਗੱਲਾਂ ਪਰ ਪਹਿਲਾਂ ਤਾਂ ਜਦੋਂ ਚੋਣਾਂ ਹੋਈਆਂ ਉਦੋਂ ਤਾਂ ਮਤਲਬ ਅਸੀਂ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਦੇ ਨਤੀਜੇ ਆ ਸਕਦੇ ਆ ਪਰ ਬਾਅਦ ਦੇ ਵਿੱਚ ਰਿਜ਼ਲਟ ਆਉਣ ਤੋਂ ਬਾਅਦ ਕਿਹੜੇ ਸਾਡੀ ਪਾਰਟੀ ਕਲੀ ਨਾ ਹੋਇਆ ਕਾਂਗਰਸ ਨਾਲ ਵੀ ਇਹੀ ਹੋਇਆ ਉਹ ਤਾਂ ਹਲਾ ਮਤਲਬ ਹਵਾ ਹੀ ਐਸੀ ਹੋ ਗਈ ਕਿਸੇ ਨੂੰ ਦਾ ਵੀ ਲੋਕ ਅਸਲੀਅਤ ਨੂੰ ਭੁੱਲੇ ਗਏ ਮਨ ਲਿਕ ਝੂਠ ਦੀ ਹਨੇਰੀ ਬਾਗੀ ਮਤਲਬ ਸੋਸ਼ਲ ਮੀਡੀਆ ਦਾ ਵੀ ਉਹਦੇ 'ਚ ਬਹੁਤ ਵੱਡਾ ਹੱਥ ਆ ਅਸੀਂ ਉਸ ਮੁਤਾਬਕ ਕੰਪਿਊਟਰ ਨਾ ਕਰ ਪਏ ਤੇ ਲੋਕਾਂ ਨੂੰ ਇੱਕ ਮਤਲਬ ਆਸ ਵੀ ਦਿਖਾਤੀ ਵੀ ਪਤਾ ਨਹੀਂ ਕੀ ਨਵੀਂ ਗੱਲ ਨਵਾਂ ਬਦਲ ਪੰਜਾਬ ਦੇ ਲੋਕਾਂ ਦੀ ਕਿਸਮਤ ਬਦਲ ਦੇਗਾ ਪੰਜਾਬ ਦੇ ਲੋਕਾਂ ਦਾ ਸੁਭਾਅ ਵੀ ਨਵੀਂ ਚੀਜ਼ ਨੂੰ ਇੱਕ ਵਾਰੀ ਦੇਖਦੇ ਆਂ ਵੇ ਸ਼ਾਇਦ ਲਾਹੇਵੰਦ ਹੋਵੇ ਚੰਦੂ ਮੈਂ ਤਾਂ ਵੈਸੇ ਕੀ ਕਿੱਥੇ ਦੇਖਦੇ ਹਾਂ ਪਾਰਟੀ ਨੂੰ ਅਕਾਲੀ ਦਰ ਨੂੰ ਲੋਕ ਸਭਾ ਚੋਣਾਂ ਦੇ ਪਰਫਾਰਮੈਂਸ ਕਿਉਂ ਦੇਖਦੇ ਹੋ ਪ੍ਰਧਾਨ ਸਾਹਿਬ ਨੇ ਤਾਂ ਕਿਹਾ ਤਾਂ ਵੀ ਮੈਂ ਚੋਣ ਨਹੀਂ ਲੜਨੀ ਉਹ ਦੇਖੋ ਉਹਨਾਂ ਨੇ ਚੋਣ ਲੜਨ ਦਾ ਤਾਂ ਪਾਰਟੀ ਤੇ ਫੈਸਲਾ ਸੀ ਵੀ ਜਿਹੜੀ ਵੀ ਇਲੈਕਸ਼ਨ ਹੁੰਦੀ ਹੈ ਉਹਦੇ 'ਚ ਇੱਕ ਪਰਿਵਾਰ ਤੋਂ ਦੋ ਬੰਦਿਆਂ ਦਾ ਲੜਨਾ ਮੁਸ਼ਕਲ ਆ ਤੇ ਦੂਜੀ ਗੱਲ ਇਹ ਵੀ ਸੀ ਵੀ ਮਤਲਬ ਜਿਹੜੀ ਹੁਣ ਚੋਣਾਂ ਇਸ ਵਿੱਚ ਮੈਨੂੰ ਇਹ ਲੱਗਦਾ ਵੀ ਸਾਡੀ ਆਸ ਤੋਂ ਵੀ ਜ਼ਿਆਦਾ ਵਧੀਆ ਨਤੀਜੇ ਹੋਣਗੇ ਕਿਉਂਕਿ ਇਹ ਜਿੰਨੀ ਲੋਕਾਂ ਵਿੱਚ ਹੁਣ ਰੁਝਾਨ ਵਧ ਰਿਹਾ ਖੇਤਰੀ ਪਾਰਟੀ ਦਾ ਲੋੜ ਮਹਿਸੂਸ ਹੋ ਰਹੀ ਆ ਕਿਉਂਕਿ ਪਿਛਲੇ ਸਮੇਂ 'ਚ ਪੰਜਾਬ ਦੀ ਬਰਬਾਦੀ ਬਹੁਤ ਹੋ ਗਈ 2 ਸਾਲਾਂ 'ਚ ਕਿੱਥੇ ਵੈਸੇ ਕਿੱਥੇ ਦੇਖਦੇ ਹੋ ਕਿੰਨੀਆਂ ਕਿ ਸੀਟਾਂ ਦੀ ਤੁਹਾਨੂੰ ਉਮੀਦ ਹੈ ਦੇਖੋ ਮੈਂ ਸਮਝਦਾ ਇਹ ਤਾਂ ਹੁਣ ਚੋਣ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਅਸਲੀ ਮਹੀਨਿਆਂ ਵਿੱਚ ਤਾਂ ਉਦੋਂ ਹੀ ਪਤਾ ਲੱਗਦਾ ਵੀ ਕਿਹੜੀ ਸੀਟ ਤੇ ਕੀ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਸਪਸ਼ਟ ਕਹੀ ਜਾਂਦੇ ਕਿ 13 0 ਇਹ ਤਾਂ ਕੀ ਪਤਾ ਆਪਦੇ ਆਪ ਨੂੰ 0 ਲੈ ਰਹੇ ਹੋਣ ਕਿਉਂਕਿ ਭਗਵੰਤ ਮਾਨ ਉਹਨਾਂ ਦੀ ਪਾਰਟੀ ਬੜਕ ਦਾ ਉਹਨਾਂ ਨੇ ਮਾਰਤੀ ਕਹਿੰਦੇ 13 0 ਬੜਕ ਦਾ ਹੁਣ ਜੋ ਮਰਜ਼ੀ ਮਾਰੀ ਜਾਵੇ ਬੜਕਾਂ ਹੀ ਬੜਕਾਂ ਅਸਲੀਅਤ ਜਿਹੜੀ ਆ ਉਹ ਤਾਂ ਸਾਹਮਣੇ ਆ ਜਾਏਗੀ ਪਰ ਇੱਕ ਗੱਲ ਕਲੀਅਰ ਆ ਬਈ ਉਹ ਭਗਵੰਤ ਮਾਨ ਦੀ ਬਹੁਤ ਵੱਡੇ ਭਲੇਖੇ ਜਨੇ ਤੇ ਭਲੇਖਾ ਲੋਕ ਕੱਢ ਦੇਣਗੇ ਇਹ ਮੈਨੂੰ 100% ਦਾ ਵਿਸ਼ਵਾਸ ਆ ਪ੍ਰਿੰਪ ਸਿੰਘ ਚੰਦੂ ਮਾਇਰਾ ਹੋਣੀ ਐਤ ਕੀ ਤਿਆਰੀ ਕਿੱਥੋਂ ਕਰ ਰਹੇ ਹੋ ਦੇਖੋ ਮੈਂ ਤਾਂ ਸ਼੍ਰੀ ਅਨੰਦਪੁਰ ਸਾਹਿਬ ਸੀਟ ਤੋਂ ਮੇਰਾ ਖਿਆਲ ਆ ਵੀ ਮੈਨੂੰ ਉਦੋਂ ਜਦੋਂ ਅੰਬਿਕਸ ਹੁਨੀ ਵਰਗੀ ਨੇਤਾ ਜਿਹੜੀ ਕਾਂਗਰਸ ਦੀ ਸੀ ਉਹਨੂੰ ਹਰਾਉਣ ਲਈ ਪਾਰਟੀ ਨੇ ਮੈਨੂੰ ਇੱਥੇ ਭੇਜਿਆ ਤੇ ਹੁਣ ਵੀ ਪਾਰਟੀ ਮੇਰਾ ਖਿਆਲ ਆ ਵੀ ਸ਼੍ਰੀ ਅਨੰਦਪੁਰ ਸਾਹਿਬ ਤੇ ਹੀ ਮੈਨੂੰ ਲੜਾਏਗੀ ਜੋ ਮੈਨੂੰ ਨਜ਼ਰ ਆ ਰਿਹਾ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਤੋਂ ਬਾਅਦ ਪਿਛਲੀ ਚੋਣ ਭਾਵੇਂ ਮੈਂ ਹਾਰ ਗਿਆ ਪਰ ਕੁਦਰਤੀ ਤੌਰ ਤੇ ਮੈਂ ਇੱਥੇ ਮਹਾਰੀ ਰਹਿਣ ਕਰਕੇ ਮਤਲਬ ਲੋਕਾਂ ਨੂੰ ਵੀ ਇਸ ਤਰ੍ਹਾਂ ਲੱਗਿਆ ਮੈਨੂੰ ਵੀ ਇਹ ਲੱਗਿਆ ਵੀ ਜਿਵੇਂ ਐਮਪੀ ਦੇ ਤੌਰ ਤੇ ਅਸੀਂ ਵਿਚਰਦੇ ਰਹੇ ਆ ਆ ਹੁਣ ਕਈ ਇੱਥੇ ਸਾਡੇ ਬਝੇੜੀ ਦੇ ਕੋਲ ਅਜਾ 205 ਹੈ ਭਈਏ ਸੜਕ NH205 ਇਹਦੇ ਚ ਲਾਂਗਾ ਲਗਾਉਣਾ ਸੀ ਰਦਾਵਾ ਰੋਡ ਤੇ ਮਤਲਬ ਕੱਲਾ ਮੈਂ ਗਿਆ ਅਸੀਂ ਪਰ ਇਸ ਤਰ੍ਹਾਂ ਦੇ ਕੰਮ ਨੈਸ਼ਨਲ ਪੱਧਰ ਦੀਆਂ ਜਿਹੜੀਆਂ ਅਸੀਂ ਨਾ ਤੁਹਾਨੂੰ ਲੱਗਦਾ ਕਿ ਹੋਰ ਵੀ ਲੋਕ ਮੇਰੇ ਕੋਲ ਆਉਂਦੇ ਸੀ ਤੁਹਾਨੂੰ ਲੱਗਦਾ ਵੀ ਇਹ ਕਿਰਾਇਆ ਅਸੀਂ ਕਰਾਏ ਆ ਤੁਹਾਡੀ ਦਾਅਵੇਦਾਰੀ ਮਜ਼ਬੂਤ ਰਹੇਗੀ ਤੁਹਾਨੂੰ ਲੱਗਦਾ ਹੈ ਕਿ ਦੇਖੋ ਮੈਨੂੰ ਤਾਂ ਲੱਗਦਾ ਵੀ ਪਾਰਟੀ ਕਿਉਂਕਿ ਜਿਸ ਤਰ੍ਹਾਂ ਦੇ ਕੇ ਨਾਲ ਅਸੀਂ ਵਿਚਰਦੇ ਆ ਜਿਸ ਤਰੀਕੇ ਨਾਲ ਲੋਕਾਂ ਦੇ ਕੰਮ ਆਉਂਦੇ ਆ ਜਿਸ ਤਰ੍ਹਾਂ ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਕਦੇ ਹਾਰੇ ਹੋਏ ਐਮਪੀ ਆਪਣੇ ਉਹਨੂੰ ਸਮਝਿਆ ਨਹੀਂ ਨਾ ਲੋਕਾਂ ਨੇ ਸਾਨੂੰ ਹਾਰੇ ਹੋਏ ਐਮਪੀ ਦੇ ਤੌਰ ਤੇ ਡੀਲ ਕੀਤਾ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਤਰ੍ਹਾਂ ਦਾ ਨੈਸ਼ਨਲ ਲੈਵਲ ਦਾ ਕੰਮ ਹੋਵੇ ਤਾਂ ਲੋਕ ਸਾਡੇ ਕੋਲ ਹੁਣ ਵੀ ਆਉਂਦੇ ਰਹਿੰਦੇ ਸੀ ਅਸੀਂ ਹੁਣ ਵੀ ਬਹੁਤ ਸਾਰੇ ਕੰਮ ਕਰਾਉਂਦੇ ਰਹਿੰਦੇ ਸੀ ਤੋਂ ਮੈਨੂੰ ਮੈਂ ਕਦੇ ਮੰਗ ਕੇ ਤਾਂ ਸੀਟ ਲਈ ਨਹੀਂ ਤੁਹਾਨੂੰ ਵੀ ਪਤਾ ਜਿੰਦਗੀ 'ਚ ਕਦੇ ਵੀ ਮੈਂ ਮੰਗ ਕੇ ਪਾਰਟੀ ਤੋਂ ਟਿਕਟ ਨਹੀਂ ਲਈ ਕਦੇ ਦੂਜੇ ਦੋਸਤ ਡਾਕਟਰ ਤੇਜੀ ਸਿੰਘ ਚੀਮਾ ਹੁਣੀ ਵੀ ਮੈਦਾਨ ਦੇ ਵਿੱਚ ਨੇ ਉਹ ਕਹਿੰਦੇ ਕਿ ਮੇਰੀ ਵੀ ਦਾਵੇਦਾਰੀ ਹੈ ਉਹ ਵੀ ਤਿਆਰੀ ਕਰ ਰਹੇ ਨੇ ਨਹੀਂ ਚੀਮਾ ਸਾਹਿਬ ਨੇ ਕਿਹੜੇ ਕਾਂਗਰਸ ਕੋਲ ਦਾਵੇਦਾਰੀ ਕੀਤੀ ਆ ਜਾਂ ਆਪ ਪਾਰਟੀ ਕੋਲ ਦਾਵੇਦਾਰੀ ਕੀਤੀ ਆ ਅਗਲੀ ਦਲ ਕੋਲੇ ਕੀਤੀ ਆ ਉਹ ਤਾਂ ਹਰ ਇੱਕ ਦਾ ਹੱਕ ਆ ਹਰ ਇੱਕ ਜਿਹੜਾ ਵੀ ਛੋਟਾ ਵੱਡਾ ਕੋਈ ਲੀਡਰ ਆ ਜਿਹੜਾ ਮਤਲਬ ਆਪਣੀ ਪਾਰਟੀ 'ਚ ਦਾਅਵਾ ਜਾਰੀ ਕਰਨ ਦਾ ਹੱਕ ਰੱਖਦਾ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ ਜੇ ਜੇ ਸਾਡੀ ਪਾਰਟੀ ਦੇ ਇੱਕ ਨੇ ਕੀਤੀ ਆ ਬਾਕੀ ਪਾਰਟੀਆਂ ਦਾ ਦਾਅ ਦਾਸ ਕਰਦੇ ਤਾਂ ਜੇ ਪਾਰਟੀ ਦਲਜੀਤ ਸਿੰਘ ਚੀਮਾ ਹੁਣ ਤੇ ਦਾਅ ਖੇਡਦੀ ਹੈ ਤੇ ਉਹ ਤਾਂ ਪਾਰਟੀ ਦੀ ਮਰਜ਼ੀ ਆ ਉਹ ਤਾਂ ਪਾਰਟੀ ਨੇ ਦੇਖਣਾ ਹੁੰਦਾ ਇਹਦੇ ਤਾਂ ਉਹਨਾਂ ਨੂੰ ਮਜ਼ਬੂਤ ਮੰਨਦੇ ਹੋ ਤੁਸੀਂ ਫਿਰ ਨਹੀਂ ਇਹ ਤਾਂ ਪਾਰਟੀ ਜੇ ਪਾਰਟੀ ਮਜ਼ਬੂਤ ਸਮਝੇਗੀ ਤੇ ਭੇਜੇਗੀ ਤਾਂ ਵੈਲਕਮ ਦਾਈਜ ਜੀ ਕੀ ਦੋਰਾਵਾ ਪਾਰਟੀ ਜਿਹਨੂੰ ਮਜ਼ਬੂਤ ਸਮਝਦੀ ਹੈ ਪਾਰਟੀ ਉਸੇ ਤੋਂ ਫੈਸਲਾ ਕਰਦੀ ਹੈ ਤੁਹਾਨੂੰ ਬਸ ਤੁਹਾਨੂੰ ਤੁਸੀਂ ਕੀ ਸਮਝਦੇ ਹੋ ਵੀ ਉਹ ਸੀਟ ਤੇ ਕਿਉਂਕਿ ਪਾਰਟੀ ਦੇ ਲਈ ਕਿਉਂਕਿ ਉਹਦੇ ਪਾਰਟੀ ਦਾ ਵਰਕਰ ਹੋਵੇ ਚਾਹੇ ਲੀਡਰ ਹੋਵੇ ਪਾਰਟੀ ਲਈ ਕੰਮ ਕਰਦਾ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀ ਨੂੰ ਜਨੰਦਪੁਰ ਸਾਹ ਸੀਟ ਜਿੱਤ ਕੇ ਦੇੜੀ ਹੈ ਤੁਸੀਂ ਮਜ਼ਬੂਤ ਹੋ ਕੇ ਦਲਜੀਤ ਸਿੰਘ ਚਿਮਾ ਇਹ ਤਾਂ ਹੁਣ ਪਾਰਟੀ ਨੇ ਸਾਰਾ ਕੁਝ ਜੋ ਦੇਖਣਾ ਹੁੰਦਾ ਹਰ ਵਾਰ ਤਾਂ ਆਪਣੇ ਆਪ ਨੂੰ ਮਜ਼ਬੂਤ ਸਮਝਦਾ ਪਰ ਦੂਜੀ ਗੱਲ ਇਹ ਹੈ ਵੀ ਪਾਰਟੀ ਨੇ ਸਾਰੀਆਂ ਹਰਾਮਾਂ ਦੇਖ ਕੇ ਸਾਰਾ ਅੰਦਾਜ਼ੇ ਲਾ ਕੇ ਫਿਰ ਫੈਸਲਾ ਕਰਨਾ ਹੁੰਦਾ ਤੇ ਪਾਰਟੀ ਦੀ رائے ਜਿਹੜੀ ਹੁੰਦੀ ਆ ਉਹੀ ਪਾਰੂ ਹੁੰਦੀ ਆ ਜਦੋਂ ਜੀ ਸਿੰਘ ਚਿਮਾ ਨੂੰ ਉਮੀਦਵਾਰ ਲੱਗੇ ਇਹ ਤਾਂ ਜੇ ਜੇ ਦਾ ਕਹਿੰਦੇ ਬਈ ਨਹੀਂ ਕਿਸੇ ਨੇ ਜੇ ਦਾ ਜੇ ਦਾ ਕੀ ਇਲਾਜ ਆ ਜੇ ਦਾ ਇਲਾਜ ਕੋਈ ਨਹੀਂ ਕਰ ਸਕਦਾ ਜੇ ਜਲਦੀ ਆ ਤਾਂ ਫਿਰ ਜੇ ਦਾ ਤਾਂ ਜੇ ਦਾ ਤਾਂ ਇਲਾਜ ਹੀ ਨਹੀਂ ਜਦੋਂ ਜੇ ਆ ਗਈ ਨਾ ਉਦੋਂ ਅਨਸਰਟੇਨਟੀ ਆ ਗਈ ਤੁਸੀਂ ਡਟ ਕੇ ਨਾਲ ਜੇ ਜੇ ਜਿਹੜੀ ਆ ਨਾ ਜੇ ਅਨਸਰਟੇਨਟੀ ਹੁੰਦੀ ਆ ਪਾਰਟੀ ਦਾ ਫੈਸਲਾ ਤੇ ਕੌਣ ਵਿਰੋਧ ਜਗਾ ਪਾਰਟੀ ਦੇ ਫੈਸਲੇ ਤੇ ਕੋਈ ਵਿਰੋਧ ਨਹੀਂ ਜੰਦਾ ਡਲ ਡਟ ਕੇ ਖੜੋਗੇ ਬਦਦਤ ਕਰੋਗੇ ਕਿਉਂ ਨਹੀਂ ਕਰਾਂਗੇ ਪਾਰਟੀ ਜਿਹੜਾ ਪਾਰਟੀ ਦਾ ਫੈਸਲਾ ਪਾਰਟੀ ਦੇ ਫੈਸਲੇ ਮੈਂ ਤੁਹਾਨੂੰ ਬਾਰ-ਬਾਰ ਕਹਿੰਨਾ ਪਾਰਟੀ ਦੇ ਫੈਸਲੇ ਨੂੰ ਪਾਰਟੀ ਦਾ ਲੀਡਰ ਕੋਈ ਡਿਨਾਈ ਨਹੀਂ ਕਰ ਸਕਦਾ ਪਾਰਟੀ ਹੀ ਅੱਪਰ ਹੁੰਦੀ ਆ ਔਰ ਪਾਰਟੀ ਦੇ ਫੈਸਲੇ ਬਣ ਕੇ ਹੀ ਪਾਰਟੀਆਂ ਦੇ ਆਗੂ ਚੱਲਦੇ ਨੇ ਜਿਵੇਂ ਮੈਂ ਸਭ ਇੱਕ ਚੀਜ਼ ਹੋਰ ਚੋਣ ਮੈਨੀਫੈਸਟੋ ਆਇਆ ਹੈ ਕਾਂਗਰਸ ਦਾ ਉਹਨਾਂ ਨੇ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਕੀਤੀ ਹੈ ਸੁਮਿੰਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ ਵੱਡੇ ਦਾਵੇ ਕੀਤੇ ਨੇ ਉਹਨਾਂ ਦੇ ਸਾਡੀ ਸਰਕਾਰ ਆ ਗਈ ਤਾਂ ਜਿਹੜੇ ਕਿਸਾਨਾਂ ਨੇ ਧਰਨੇ ਲੱਗੇ ਆ ਸਾਰਾ ਕੰਮ ਹਾਲੋ ਜਾਣਾ ਸਹੀ ਮੈਨੇ ਇਸ ਮੁਲਕ ਦੇ ਵਿੱਚ ਸਾਰਾ ਕੁਝ ਦੀ ਜ਼ਿੰਮੇਵਾਰੀ ਦੇ ਕਹੀ ਜਾ ਸਕਦਾ ਹੈ ਜੇ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਨੇ ਹੀ ਇਸ ਮੁਲਕ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਵੇਚਿਆ ਜਿਹੜੇ ਅੱਜ ਕਾਰਪੋਰੇਟ ਘਰਾਣੇ ਕਰੋੜਾਂ ਦਾ ਅਰਬਾਂ ਦੇ ਮੁਨਾਫੇ ਲੈ ਕੇ ਬੈਂਕਾਂ ਦਾ ਪੈਸਾ ਲੈ ਕੇ ਆਪਣੇ ਪਰਿਵਾਰ ਪਾਲਦੇ ਰਹੇ ਆਪਣੇ ਰਿਸ਼ਤੇਦਾਰ ਪਾਲਦੇ ਰਹੇ ਅਰਬਪਤੀ ਬਣ ਕੇ ਮਤ ਛੋਟੇ ਛੋਟੇ ਬੰਦੇ ਵੱਡੇ ਅਰਬਾਪਤੀ ਬਣ ਕੇ ਤੁਹਾਡੀ ਅੱਖਾਂ ਦੇ ਸਾਹਮਣੇ ਉਹਦੇ ਪਿੱਛੇ ਕਾਂਗਰਸ ਦਾ ਬੜਾ ਵੱਡਾ ਅਸਰ ਰਿਹਾ ਨਹੀਂ ਪਰ ਹੁਣ ਦਾਅਵਾ ਕਰਦੇ ਕਹਿੰਦੇ ਕਿ ਪਿਛਲਾ ਛੱਡੋ ਕਹਿੰਦੇ ਹੀ ਗਾਂ ਦੇਖੋ ਅੱਜ ਵੀ ਤੁਸੀਂ ਦੇਖ ਲਓ ਕਾਂਗਰਸ ਕਿੰਨੇ ਕਾਰਪੋਰੇਟ ਘਰਾਣਿਆਂ ਨੂੰ ਆਪਣੀਆਂ ਪਾਰਟੀਆਂ 'ਚ ਟਿਕਟਾਂ ਵੀ ਦਿੰਦੀ ਆ ਆਪਣੀਆਂ ਪਾਰਟੀਆਂ 'ਚ ਥਾਪੀ ਵੀ ਦਿੰਦੀ ਆ ਹਾਲਾਂਕਿ ਮਤਲਬ ਜਦੋਂ ਕਿ ਲੜਾਈ ਮੋਦੀ ਸਾਹਿਬ ਦੇ ਵਿਰੁੱਧ ਕਹਿੰਦੇ ਆ ਜੀ ਇਹ ਕਾਰਪੋਰੇਟ ਘਰਾਣਿਆਂ ਨੂੰ ਪਾਲਦਾ ਪਰ ਕਾਂਗਰਸ ਕਿਹੜੇ ਕਾਰਪੋਰੇਟ ਘਰਾਣਿਆਂ ਦਾ ਪੱਲਾ ਛੱਡਦੀ ਆ ਸੋ ਇਸ ਕਰਕੇ ਇਹ ਜਿਹੜੀ ਭਾਵੇਂ ਐਮਐਸਪੀ ਵਾਲੀ ਗੱਲ ਜੋ ਮਰਜੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਗੱਲ ਕਾਂਗਰਸ ਕਹਦੀ ਰਹੇ ਪਰ ਕਾਂਗਰਸ ਨੇ ਮਤਲਬ ਕਦੇ ਵੀ ਕਿਸਾਨਾਂ ਦੇ ਜੀ ਆਖਿਆ ਜਾ ਸਕਦਾ ਖੇਤੀ ਨੂੰ ਘਾਟੇ ਵਾਲਾ ਧੰਦਾ ਬਣਾਉਣ ਦੇ ਵਿੱਚ ਕਾਂਗਰਸ ਐਮ ਰੋਲਾ ਕਰਨਗੇ ਨੇ ਉਹ ਕਹਿੰਦੇ ਅਸੀਂ 100% ਕਰਾਂਗੇ ਠੋਕੇ ਕਹਿੰਦੇ ਉਹ ਹੁਣ ਤਾਂ ਸਤਾ ਹਾਸਲ ਕਰਨ ਲਈ ਜੋ ਮਰਜੀ ਕਹੀ ਜਾਂ ਪਰ ਕਾਂਗਰਸ ਤੇ ਕੋਈ ਭਰੋਸਾ ਨਹੀਂ ਕਰ ਸਕਦਾ ਕਿਉਂਕਿ ਜਿਹਨੇ ਜਿਹਨੇ ਕੰਡੇ ਵਿਜੇ ਹੋਣ ਉਹ ਕਹੇ ਵੀ ਮੈਂ ਚੁਗ ਲੂੰਗਾ ਉਹ ਤੇ ਕੌਣ ਵਿਸ਼ਵਾਸ ਕਰੇਗਾ ਇਹ ਕੱਡੇ ਕਾਂਗਰਸ ਦੇ ਵਿਜੇ ਹੋਏ ਆ ਜਦੋਂ ਮਾਡਮ ਰਾਜ ਕੀਤਾ ਕੇਂਦਰ ਚ ਵੀ ਹਿੱਸੇਦਾਰੀ ਰਹੀ ਆਪਾਂ ਵੀ ਨਹੀਂ ਲਾਗੂ ਕਰਾ ਸਕਿਓ ਕਦੇ ਜੇ ਮੁਲਕ ਦੇ ਵਿੱਚ ਐਮਐਸਪੀ ਕੋਈ ਲੈ ਕੇ ਆਇਆ ਤਾਂ ਅਕਾਲੀ ਲੈ ਕੇ ਆਏ ਆ ਅਕਾਲੀ ਹੀ ਪੰਜਾਬ ਦੇ ਵਿੱਚ ਅੱਜ ਜੇ ਦੇ 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 ਅੱਜ ਵੀ ਕੱਲ੍ਹ ਸਵੇਰ ਪੰਜਾਬ ਹਰਿਆਣਾ ਨੇ ਦੋ ਸੂਬੇ ਜਿੱਥੇ ਐਮਐਸਪੀ ਤੇ ਕਣਕ ਉੱਤੇ ਨਭੀਗਦਾ ਇਹ ਕਾਲੀਆਂ ਇਹ ਕਾਲੀਆਂ ਦੀ ਬਦੌਲਤ ਹੀ ਗਰੰਟੀ ਕਾਨੂੰਨੀ ਲੜਾਈ ਲੜ ਰਹੇ ਇਹ ਜਿਹੜੀ ਗਰੰਟੀ ਤੇ ਹੈਗੀ ਆ ਖਰੀਦੀ ਪਹਿਲੀ ਗੱਲ ਤਾਂ ਜੋ ਅਸੀਂ ਪੈਦਾ ਕਰਦੇ ਆ ਕਣਕ ਕਰਦੇ ਆ ਝੋਨਾ ਕਰਦੇ ਆ ਉਹਦਾ ਇੱਕ ਇੱਕ ਦਾਣਾ ਐਮਐਸਪੀ ਤੇ ਵਿਗਦਾ ਸਾਨੂੰ ਕਿਤੇ ਹੋਰ ਲੋੜੇ ਨਹੀਂ ਪਈ ਹੁਣ ਲੋੜ ਪੈਸੂਸ ਹੋ ਰਹੀ ਆ ਤੁਸੀਂ ਮੰਨਦੇ ਕਿ ਮੈਂ ਸਮਝੀ ਹੁਣ ਲੋਡ ਮਹਿਸੂਸ ਹੋ ਰਹੀਆ ਹੁਣ ਸਾਨੂੰ ਬੱਕੀ ਦੇ ਲੋਡ ਮਹਿਸੂਸ ਹੋ ਰਹੀਆ ਹੁਣ ਸਾਨੂੰ ਬਾਸਮਤੀ ਝੋਨੇ ਤੇ ਚਾਵਲ ਤੇ ਮਹਿਸੂਸ ਹੋ ਰਹੀਆ ਅੱਗੇ ਤਾਂ ਮਤਲਬ ਬਾਸਮਤੀ ਦੇ ਰੇਟ ਆਮ ਰੇਟੋਂ ਕਈ ਗੁਣਾ ਵੱਧ ਮਿਲ ਜਾਂਦੇ ਸੀ ਹੁਣ ਜਦੋਂ ਕੰਪੀਟੀਸ਼ਨ ਹੋ ਗਿਆ ਹੁਣ ਸਾਨੂੰ ਮਹਿਸੂਸ ਹੋ ਰਿਹਾ ਵੀ ਐਮਐਸਬੀ ਬਾਸਮਤੀ ਤੇ ਵੀ ਚਾਹੀਦੀ ਐਮਐਸਬੀ ਦਾੜਾ ਤੇ ਮੂੰਗੀ ਤੇ ਮਾਂ ਤੇ ਹਰ ਹਰ ਦੀ ਦਾੜ ਤੇ ਹੋਣੀ ਚਾਹੀਦੀ ਆ ਗੰਨੇ ਤਾਂ ਅਦਰੇ ਚਲੋ ਫਿਕਸ ਹੁੰਦਾ ਹੀ ਆ ਸੋ ਹੁਣ ਚ 4-5 ਫਸਲਾਂ ਐਸੀਆਂ ਸਾਹਮਣੇ ਆਈਆਂ ਜਿਨ੍ਹਾਂ ਦੀ ਲੋਡ ਮਹਿਸੂਸ ਹੋਈ ਆ ਅਦਰਵਾਈਜ਼ ਤਾਂ ਕਣਕ ਝੋਨੇ ਦੀ ਗੱਲ ਸੀ ਤੇ ਕਣਕ ਝੋਨੇ ਤੇ ਐਮਐਸਪੀ ਮਿਲਦੀ ਸੀ ਸਾਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਵੀ ਹੋਰ ਕਿਸੇ ਚੀਜ਼ ਦੀ ਲੋਡ ਕਿ ਤੁਸੀਂ ਐਂਟੀਆ ਦਾ ਹਿੱਸਾ ਸੀ ਦੂਜੇ ਪਾਸੇ ਕਾਂਗਰਸ ਇਕੱਠ ਜੁੜ ਕੇ ਕਹਿ ਰਿਹਾ ਇੰਡੀਆ ਇਕੱਠ ਜੁੜ ਕੇ ਕਹਿ ਰਿਹਾ ਅਸੀਂ ਕਰਾਂਗੇ ਪਰ ਤੁਸੀਂ ਅੱਗੇ ਐਂਟੀਆ ਦਾ ਹਿੱਸਾ ਸੀ ਫਿਰ ਜੇ ਤੁਸੀਂ ਚਾਹੋ ਨੋ ਤਾਂ ਫਿਰ ਕਿਵੇਂ ਹੋਏਗਾ ਦੇਖੋ ਅਜੇ ਬਹੁਤ ਸਾਰੇ ਕੰਮ ਐਸੇ ਨੇ ਜਿਹੜੇ ਐਨਡੀਏ ਦਾ ਹਿੱਸਾ ਹੋ ਕੇ ਮੁਨਾਇ ਨੇ ਨਹੀਂ ਨਹੀਂ ਸਰ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਲੈਂਡਾ ਕੁਝ ਨੈਗਟ ਆਉਣ ਲੱਗਿਆ ਸੀ ਅਸੀਂ ਵਾਪਸ ਕਰਾਇਆ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਇਆ ਬਲੈਕ ਲਿਸਟ ਖਤਮ ਕਰਾਈ ਐਨਡੀਏ ਦਾ ਹਿੱਸਾ ਸੀ ਬਠਿੰਡੇ ਵਰਗੀ ਰਿਫੈਨਿ ਲਿਆ ਤੇ ਹੁਣ ਹਿੱਸਾ ਨਹੀਂ ਪਰ ਹੁਣ ਅਸੀਂ ਦਬਾਅ ਪਾ ਸਕਦੇ ਹਾਂ ਹੁਣ ਪਤਾ ਨਹੀਂ ਕਿਸ ਤਰ੍ਹਾਂ ਦੇ ਅਸੀਂ ਤਾਂ ਕਹਿੰਦੇ ਆ ਕਿ ਦਬਾਅ ਨਹੀਂ ਸੀ ਬਿਲਕੁਲ ਇਹ ਸਭੰਦਿਆ ਵੀ ਬੈਲੈਂਸ ਸਾਡੇ ਕੋਲ ਹੋਏਗਾ ਔਰ ਮੁਲਕ ਦੇ ਵਿੱਚ ਕੁਝ ਵੀ ਹੋ ਸਕਦਾ ਬੈਲੈਂਸ ਤੋਂ ਬੈਲੈਂਸ ਤੋਂ ਭਾਵ ਕੀ ਵੀ ਜਿਹੜਾ ਜਬਜੀ ਛਿੱਟਾਂ ਦੀ ਲੋੜ ਜਿਹੜੀ ਵੀ ਸਰਕਾਰ ਬਣੂਗੀ ਉਹ ਅਕਾਲੀ ਦਲ ਦੀ ਜਿਹੜੇ ਐਮਪੀ ਹੋਣਗੇ ਉਹਨਾਂ ਦੇ ਸਿਰ ਤੇ ਚੱਲੇਗੀ ਐਸੇ ਹਾਲਾਤ ਬਣ ਸਕਦੇ ਆ ਇਸ ਮੁਲਕ 'ਚ ਹੋਇਆ ਝੜਖੰਡ 'ਚ ਹੋਇਆ ਇੱਕ ਬੰਦਾ ਸੀ ਇੱਕ ਬੰਦੇ ਨਹੀਂ ਮਤਲਬ ਉਸ ਨੂੰ ਮੰਨਣਾ ਪੈ ਗਿਆ ਸੀ ਹੋਇਆ ਸੀ ਨਾ ਤੇ ਰਾਜਨੀਤੀ ਕੁਝ ਵੀ ਹੋਤਾ ਤਾਂ ਇਹ ਜੋ ਅੱਜ ਹਾਲਾਤ ਨੇ ਕੋਈ ਇਹ ਵੀ ਕੋਈ ਆਪਾਂ ਮੰਨੀਆਂ ਵੀ ਉਹਨਾਂ ਨੇ 400 ਕਹੇ ਤਾਂ 400 ਹੀ ਜਿੱਤਣਗੇ ਹੂੰ ਮੈਨੂੰ ਲੱਗਦਾ ਵੀ ਹੋ ਜ਼ਿਆਦਾ ਆਕਾਲੀਆਂ ਦੇ ਸਿਰ ਤੇ ਹੀ ਸਰਕਾਰਾਂ ਬਣ ਤੁਹਾਨੂੰ ਲੱਗਦਾ ਕਿ ਨੇਕ ਟੂ ਨੇਕ ਫਾਈਟ ਹੈ ਔਰ ਜੇ ਭਾਜਪਾ ਸਰਕਾਰ ਹੁੰਦੀ ਆ ਤਾਂ ਉਹ ਤੁਹਾਡੀ ਮਦਦ ਵੀ ਨਹੀਂ ਆ ਸਕਦੀ ਜਾਂ ਕਿਸੇ ਹੋਰ ਨੂੰ ਤਵਰਤਨ ਦੇ ਕਿਸੇ ਹੋਰ ਅਸੀਂ ਦੇਖੋ ਸਾਡੀ ਹੋਏਗੀ ਸ਼ਰਤ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤ ਦੂਜਾ ਪੰਥ ਦੇ ਹਿੱਤ ਪੰਜਾਬ ਤੇ ਪੰਜਾਬੀ ਦੀ ਗੱਲ ਪੰਥ ਦੀ ਗੱਲ ਹੋਰ ਗੱਲਾਂ ਸਭ ਪਿੱਛੇ ਨੇ ਪਰਤ ਪਿਆਰਾ ਪਹਿਲਾ ਹੋਰ ਗੱਲਾਂ ਸਭ ਪਿੱਛੇ ਨੇ ਪੰਜਾਬ ਪਿਆਰਾ ਪਹਿਲਾ ਜੇ ਪੰਜਾਬ ਦੇ ਕਿਸਾਨ ਲਈ ਅਸੀਂ ਕੇਂਦਰ ਦੀ ਬਾਜ਼ਾਰਤ ਛੱਡ ਸਕਦੇ ਆ ਜੇ ਪੰਜਾਬ ਦੇ ਹਿੱਤਾਂ ਲਈ ਅਸੀਂ ਐਨਡੀਏ ਤੋਂ ਬਾਹਰ ਆ ਸਕਦੇ ਆ ਤਾਂ ਅੱਜ ਜਦੋਂ ਕਿਤੇ ਇਸ ਤਰ੍ਹਾਂ ਦਾ ਇਮਤਿਹਾਨ ਆਇਆ ਲੋੜ ਪਈ ਤਾਂ ਅਸੀਂ ਫਿਰ ਲਾਜ਼ਮੀ ਤੌਰ ਤੇ ਆਪਣੀਆਂ ਸ਼ਰਤਾਂ ਬੁਲਾਵਾਂਗੇ ਜਿਹਦੇ ਨਾਲ ਵੀ ਅਸੀਂ ਜਾਵਾਂਗੇ ਤਿੰਦੂਬਾ ਸਰ ਜਿਹਦੇ ਨਾਲ ਵੀ ਜਾਵਾਂਗੇ ਤੁਸੀਂ ਦੋ ਤਿੰਨ ਵਾਰ ਇਹ ਸ਼ਬਦ ਯੂਜ਼ ਕੀਤਾ ਮਤਲਬ ਤੁਸੀਂ ਐਨਡੀਏ ਦਾ ਹਿੱਸਾ ਭਾ ਵੀ ਹੋ ਸਕਦੇ ਹੋ ਇੰਡੀਆ ਦਾ ਹਿੱਸਾ ਵੀ ਹੋ ਸਕਦੇ ਨਹੀਂ ਜਿੱਥੇ ਕਾਂਗਰਸ ਆ ਜਿੱਥੇ ਕਾਂਗਰਸ ਆ ਉੱਥੇ ਤੇ ਜਾ ਨਹੀਂ ਸਕਦੇ ਕਿਉਂਕਿ 1 ਜੂਨ ਨੂੰ ਇਲੈਕਸ਼ਨ ਹੋਣੀਆਂ 1 ਜੂਨ ਨੂੰ ਟੈਂਕ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਟੈਂਕ ਚੜਦੇ ਦਿਖਣ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿੱਕੇ 'ਚ ਗੋਲੀਆਂ ਮਾਰਦੇ ਕਾਂਗਰਸੀ ਦਿਖਣੇ ਆ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਨਿਹੱਥੇ ਸਿੱਖਾਂ ਦੇ ਖੂਨ ਨਾਲ ਲਾਲੋ ਲਾਲ ਹੁੰਦਾ ਦਿਖਣਾ ਕਾਂਗਰਸ ਵਰਗੀ ਪਾਰਟੀ ਜਿੱਥੇ ਹੋਏਗੀ ਉੱਥੇ ਅਕਾਲੀ ਦਲ ਜਾ ਨਹੀਂ ਸਕਦਾ ਤੇ ਜਦੋਂ ਸਮੀਕਰਨ ਬਣਦੇ ਆ ਤਾਂ ਜ਼ਰੂਰੀ ਨਹੀਂ ਕੋਈ ਮਤਲਬ ਵੀ ਬੀਜਪੀ ਹੋਵੇ ਬਲਕਿ ਕੋਈ ਤੀਜਾ ਆਲਟਰਨੇਟਿਵ ਨਿਕਲ ਕੇ ਆ ਸਕਦਾ ਤੁਹਾਨੂੰ ਲੱਗਦਾ ਹੈ ਕਿ ਰਾਜਨੀਤੀ ਵਿੱਚ ਰਾਜਨੀਤੀ ਵਿੱਚ ਕੋਈ ਵੀ ਸਮੀਕਰਨ ਬਣ ਸਕਦਾ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਨਹੀਂ ਵੀ ਕੇਵਲ ਸਾਡੇ ਸਿਰ ਤੇ ਹੋਰ ਬੜੀਆਂ ਪਾਰਟੀਆਂ ਨੇ ਦੇਸ਼ ਦੇ ਵਿੱਚ ਕਈ ਰੀਜਨਲ ਪਾਰਟੀਆਂ ਨੇ ਦੱਖਣ ਦੇ ਵਿੱਚ ਮਤਲਬ ਤਾ ਆਂਧਰਾ ਦੇ ਵਿੱਚ ਤੇ ਤਾਮਨਾ ਡੂ ਦੇ ਵਿੱਚ ਮਤਲਬ ਬਈ ਮਮਤਾ ਬਣਰਜੀ ਕਈ ਐਸੀ ਸੋਚ ਰੱਖ ਰਹੀ ਨੇ ਜੇ ਨਹੀਂ ਅੱਜ ਵੀ ਭਾਵੇਂ ਇੰਡੀਆ ਗੱਠ ਜੋੜ ਦਾ ਹਿੱਸਾ ਵੀ ਹੈ ਨਹੀਂ ਬਣਦੀਆਂ ਸੋ ਹੋ ਸਕਦਾ ਉਹਨਾਂ ਦੇ ਸਾਰੇ ਦੇ ਹੱਥ ਵਿੱਚ ਬੈਲੈਂਸ ਆ ਜੇ ਤੇ ਉਹਨਾਂ ਦੇ ਵਿੱਚੋਂ ਕੋਈ ਗੱਲ ਨਿਕਲ ਆਵੇ ਕਿਉਂਕਿ ਪੋਲਿਟਿਕਸ ਦੇ ਵਿੱਚ ਕੁਝ ਵੀ ਹੋ ਸਕਦਾ ਇਹ ਮੁਲਕ ਬਹੁਤ ਵੱਡਾ ਇਹ ਮੁਲਕ ਦੇ ਲੋਕਾਂ ਦੀ ਜਿਹੜੀਆਂ ਟ੍ਰੈਂਡਾਂ ਉਹ ਵੀ ਅੱਡਾ ਦਿੰਦੇ ਜਿਹੜਾ ਟ੍ਰੈਂਡ ਪੰਜਾਬ 'ਚ ਹੋਏਗਾ ਉਹ ਆਂਦਰਾ ਤਾਂ ਉਹ ਨਾ ਡੂਤੀ ਨਹੀਂ ਹੋਏਗਾ ਤੁਸੀਂ ਹਿਸਾਬ ਲਾ ਲਿਓ ਆਖਰੀ ਸ਼ਬਦਾਂ ਚ ਤੁਹਾਡੀ ਗੱਲ ਨੂੰ ਮੈਂ ਜੇ ਨਵੇੜ ਦਿਆਂ ਤਾਂ ਮੋਦੀ ਸਾਹਿਬ ਨੂੰ ਕੀ ਤਰ੍ਹਾਂ ਕਿਤੇ ਤੂੰ ਸੁਨੇਹਾ ਦੇ ਰਹੇ ਆ ਕਿ ਭਾਈ ਜਿੰਨਾ ਉਮੀਦ ਲਾਈ ਬੈਠਿਓ ਉਨੀਆਂ ਸੀਟਾਂ ਤੁਹਾਡੀਆਂ ਨਹੀਂ ਆਉਣੀਆਂ ਨਹੀਂ ਤੇ ਅਕਾਲੀ ਦਲ ਦੀ ਲੋੜ ਪੈਣੀ ਆ ਅਕਾਲੀ ਦਲ ਬਿਨਾ ਸਰਕਾਰ ਨਹੀਂ ਬਣੀ ਨਹੀਂ ਅਸੀਂ ਤਾਂ ਆਪਣੇ ਆਪਣੀ ਆਸ ਤੇ ਆਪਣੇ ਵਿਸ਼ਵਾਸ ਨਾਲ ਚੱਲ ਰਹੇ ਆ ਅਸੀਂ ਕਿਸੇ ਨੂੰ ਕੋਈ ਸੁਨੇਹਾ ਨਹੀਂ ਦੇ ਰਹੇ ਪਰ ਅਸੀਂ ਆਪਣੀ ਇੱਕ ਕਲੈਰਿਟੀ ਆਪਣੇ ਦਿਮਾਗ ਦੇ ਵੀ ਸਾਡੇ ਜਿਹੜੀ ਆ ਉਹ ਸਾਹਮਣੇ ਰੱਖ ਰਹੇ ਆ ਵੀ ਰਾਜਨੀਤੀ ਵਿੱਚ ਕੋਈ ਵੀ ਸਮੀਕਰਨ ਬਣ ਸਕਦੇ ਨੇ ਕੋਈ ਵੀ ਸੁਭਾਵਨਾਵਾਂ ਬਣ ਸਕਦੀਆਂ ਨੇ ਇਹ ਮੁਲਕ ਬਹੁਤ ਵੱਡਾ ਇਸ ਮੁਲਕ ਨੂੰ ਤੁਸੀਂ ਸੂਈ ਦੇ ਨੱਕੇ ਤੱਕ ਨਹੀਂ ਲੰਗਾ ਸਕਦੇ ਕਿੰਗ ਮੇਕਰ ਕਾਲੀਦਲ ਹੋਏਗਾ ਬਿਲਕੁਲ ਕਾਲੀਦਲ ਤੇ ਕਾਲੀਦਲ ਦੀ ਸੋਚ ਵਾਲੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸ ਮੁਲਕ ਚ ਰਾਜ ਸ਼ਕਤੀ ਜਾ ਸਕਦੀਆਂ ਕੋਈ ਮਤਲਬ ਨਾ ਮੂੰਹ ਕੋਣ ਗੱਲ ਨਹੀਂ ਹੈ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਡਾ ਦਾਵਾ ਕਰ ਰਹੇ ਨੇ ਕਹਿੰਦੇ ਨੇ ਕਿ ਬੇਸ਼ੱਕ ਦਾਵੇ ਜੋ ਮਰਜ਼ੀ ਕੀਤੇ ਜਾ ਰਹੇ ਹੁਣ 4 400 ਸੀਟਾਂ ਦੇ ਦਾਅਵੇ ਕੀਤੇ ਜਾ ਰਹੇ ਹੁਣ ਪਰ ਗੱਲ ਅਕਾਲੀ ਦਲ ਦੇ ਸਮਰਥਨ ਬਿਨਾ ਪੰਨੀ ਨਹੀਂ ਤੇ ਨਾਲ ਹੀ ਦਾਵਾ ਕਰਦੇ ਨੇ ਕਿ ਸਮਰਥਨ ਦੇਾਂਗੇ ਸਰਕਾਰ ਬਣਾਵਾਂਗੇ ਅਕਾਲੀ ਦਲ ਦੀ ਮਦਦ ਦੇ ਨਾਲ ਹੀ ਸਰਕਾਰ ਬਣੇਗੀ ਔਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਫਿਰ ਸਮਝੌਤਾ ਕਰਾਂਗੇ ਤਾਂ ਵੱਡਾ ਦਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਹੋਰਾਂ ਦਾ ਕਿ ਕਿੰਗ ਮੇਕਰ ਬਣ ਜਾ ਰਿਹਾ ਅਕਾਲੀ ਦਲ ਕਿੰਗ ਮੇਕਰ ਕੌਣ ਬਣੇਗਾ ਕਿੰਗ ਕੌਣ ਬਣੇਗਾ ਉਹ ਤਾਂ ਹਾਲਾਤ ਦੱਸਣਗੇ ਪਰ ਫਿਲਹਾਲ ਅਕਾਲੀ ਦਲ ਦਾ ਵੱਡਾ ਦਾਵਾ ਕੈਮਰਾਮੈਨ ਅਮਨਦੀਪ ਦੇ ਨਾਲ ਨਪਿੰਦਰ ਸਿੰਘ ਨਿਊਜ਼ 18 ਮੋਹਾਲੀ